ਮੰਮੀ, ਸੁਮਨ ਭਾਬੀ ਦਾ ਫੋਨ ਆ। ਹਾਂਜੀ ਚਾਚੀ ਜੀ, ਮੈਂ ਕਹਿਣਾ ਸੀ ਫਿਰ ਗੱਡੀ ਕਰਾ ਹੀ ਦਿੰਦੇ। ਚੱਲ ਮੈਂ ਕਹਿ ਦਿੰਦੀ ਹਾਂ ਸੁੱਖੀ ਨੂੰ, ਚੱਲ ਧੀਏ ਹੁਣ ਨਾ ਰਿਸ਼ਤਾ ਕਰਾ ਦੇਵੀ। ਨਹੀਂ ਚਾਚੀ ਜੀ, ਤੁਸੀਂ ਇਹ ਨਾ ਫਿਕਰ ਕਰੋ। ਮੰਮੀ ਵੈਸੇ ਨਾ ਤੁਹਾਡੇ ਵਾਲੀ ਹੱਦ ਹੀ ਆ, ਅਗਲੀ ਨਜਾਇਜ਼ ਫਾਇਦਾ ਚੁੱਕਣ ਡੀ ਆ, ਉਹਨੇ ਵੀ ਰਿਸ਼ਤੇਦਾਰਾਂ ਵੱਲ ਜਾ ਕੇ ਨਾ ਗੱਡੀ 'ਤੇ ਘੁੰਮ ਕੇ ਆ ਜਾਣਾ ਵਾ। ਮੰਮੀ ਇੱਕ ਗੱਲ ਕਹਾਂ, ਮੈਨੂੰ ਤਾਂ ਲੱਗਦਾ ਸੁਮਨ ਨਾ ਸਾਨੂੰ ਸ਼ਦਾਈ ਬਣਾਉਣ ਡੀ ਆ। ਉਹ ਭਤੀਜ, ਬਥੇਰਾ ਸੋਹਣਾ ਵਾ ਤੂੰ, ਐਵੇਂ ਕੋਈ ਚਿੰਤਾ ਲਾਈ ਜਾਂਦਾ ਤੂੰ, ਚੰਗਾ ਬੰਦਾ ਤੂੰ, ਦਿਲ ਹੀ ਛੱਡੀ ਜਾਂਦਾ। ਉਹ ਸਾਡੇ ਵਰਗੇ ਬੁੱਲਣਾ ਦੇ ਵਿਆਹ ਹੋ ਗਏ ਆ, ਤੂੰ ਤੇ ਫਿਰ ਚੰਗਾ ਭਲਾ। ਕੋਈ ਕਹਿੰਦਾ ਵਾ ਕਿ ਤੇਰਾ ਸੇਵਾਦਾਰ ਕਿੱਥੇ ਗਿਆ, ਕੋਈ ਕਹਿੰਦਾ ਡਾਕੀਆ ਕਿੱਥੇ ਗਿਆ ਵਾ। ਮੰਮੀ ਗੁੱਸਾ ਤਾਂ ਤੈਨੂੰ ਹੋਰ ਗਏ ਗੱਲ ਦਾ ਵਾ, ਐਵੇਂ ਮੇਰੇ ਤੇ ਕੱਢੀ ਜਾਂਦੇ ਆ। ਜਦੋਂ ਪਹਿਲੋਂ ਹੀ ਵਿਚੋਲੀਆਂ ਦੀਆਂ ਇੰਟਰਵਿਊ ਲੈਂਦਾ ਫਿਰਦਾ ਵਾ, ਅਸੀਂ ਮੇਰੀ ਮਾਂ ਨੇ ਮਹਿਲ ਪਾਲਿਆ ਢਾਲਿਆ, ਖਰੇ ਕੀ ਪਕਾਈ ਮਾਰਦਾ ਫਿਰਦਾ ਸੀ। ਦਫਾ ਏ ਮੈਂ ਐਵੇਂ ਬੋਝ ਪਾਇਆ ਵਾ, ਟਾਈਮ ਨਾਲ ਕੰਮ ਕਰਾਂ, ਮੈਂ ਸਵੇਰੇ ਜਾਣਾ ਵੀ ਆ। ਲੈ ਲਾਈਟਾਂ ਬੰਦ ਕਰਕੇ ਸੌਂ ਗਿਆ, ਕੋਈ ਰੋਟੀ ਪਾਣੀ ਵੀ ਖਾਧਾ ਕਿ ਨਹੀਂ? ਵੇ ਸੁੱਖੀ, ਕੋਈ ਰੋਟੀ ਪਾਣੀ ਵੀ ਖਾਧਾ ਕਿ ਜਾਣ ਜੀ ਲੰਮੇ ਪੈ ਗਿਆ ਆ? ਉਹ ਖਾ ਲਈ ਆ ਮੰਮੀ, ਜਿੰਨੀ ਖਾਣੀ ਸੀ, ਮੈਨੂੰ ਨਾ ਜਿੰਨੀ ਭੁੱਖ ਨਹੀਂ ਹੈਗੀ। ਅੱਛਾ ਮੈਨੂੰ ਇਹ ਦੱਸ, ਸੁਮਨ ਨੂੰ ਕਿਹੜੀ ਗੱਡੀ ਕਰਾ ਕੇ ਦਿੱਤੀ ਓ? ਮੰਮੀ ਉਹ ਨਾ ਭਾਬੀ ਦਾ ਫੋਨ ਆ ਗਿਆ ਸੀ, ਕਹਿੰਦੀ ਕੱਲ ਨੀ ਜਾਇਆ ਜਾਣਾ, ਕੋਈ ਜ਼ਰੂਰੀ ਕੰਮ ਆ ਗਿਆ ਵਾ, ਉਹ ਫਿਰ ਇਸੇ ਚੱਕਰ 'ਚ ਮੈਂ ਗੱਡੀ ਨਹੀਂ ਕਰਾ ਕੇ ਦਿੱਤੀ ਇਹਦੇ। ਲੈ ਆਹ ਬੜੀ ਚੰਗੀ ਗੱਲ ਆ, ਪਹਿਲੇ ਤਾਂ ਕਹਿੰਦੀ ਗੱਡੀ ਕਰਾ ਕੇ ਦਿਓ ਤੇ ਹੁਣ ਕੀ ਹੋ ਗਿਆ? ਪਹਿਲੇ ਤਾਂ ਬੜੀ ਕਾਹਲੀ ਪਈ ਸੀਗੀ ਕਿ ਗੱਡੀ ਕਰਾ ਕੇ ਦਿਓ, ਰਿਸ਼ਤਾ ਹੋਇਆ ਹੀ ਹੋਇਆ ਬਸ ਹੁਣ। ਮੰਮੀ ਇੱਕ ਗੱਲ ਕਹਾਂ, ਮੈਨੂੰ ਤਾਂ ਇਹ ਲੱਗਦਾ ਉਹ ਕੋਈ ਰਿਸ਼ਤਾ ਹੀ ਨਹੀਂ ਹੈਗਾ, ਉਹ ਨਾਲੇ ਐਵੇਂ ਢਿੱਲੀ ਜਿਹੀ ਪੈ ਗਈ ਆ, ਅਗਲੀ ਸੋਚਦੀ ਹੋਣੀ ਕਿਤੇ ਉਹਨਾਂ ਨੂੰ ਪਤਾ ਨਾ ਲੱਗ ਜੇ। ਅਸੀਂ ਕਿਸੇ ਨੂੰ ਕੀ ਕਹਿ ਸਕਦੇ ਹਾਂ, ਉਹ ਤਾਂ ਇੰਨੀ ਵੀ ਨਹੀਂ ਮਾੜੀ ਦੁਨੀਆ, ਕੋਈ ਰਿਸ਼ਤਾ ਉਹਦੇ ਕੋਲ ਹੋਊਗਾ ਤਾਂ ਤਾਂ ਹੀ ਉਹ ਕਹਿੰਦੀ ਆ। ਮੰਮੀ ਜਿਹਨੂੰ ਖਲੋਤਾ ਨਹੀਂ ਦਿਖਦਾ ਉਹਨੂੰ ਬੈਠਾ ਸਵਾਹ ਲੱਭਣਾ। ਮੰਮੀ ਰਹੀ ਗੱਲ ਰਿਸ਼ਤੇ ਦੀ, ਰਿਸ਼ਤਾ ਨਾ ਜਾਂ ਤਾਂ ਰਿਸ਼ਤੇਦਾਰ ਕਰਾਉਂਦੇ ਆ, ਜਾਂ ਆਪਣੇ ਜਾਣ ਪਛਾਣ ਵਾਲੇ, ਅਤੇ ਜਾਂ ਫਿਰ ਦੋਸਤ ਮਿੱਤਰ, ਅਤੇ ਹੁਣ ਨਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਵਾ ਕਿ ਸੁੱਖੀ ਦੀ ਉਮਰ ਨਾ ਹਰ ਸਾਲ ਵੱਧਦੀ ਜਾਂਦੀ ਆ, ਹੁਣ ਨਾਲੇ ਉਹਨਾਂ ਨੇ ਕਿਹੜਾ ਰਿਸ਼ਤਾ ਕਰਾਉਣਾ ਵਾ, ਅਤੇ ਜੇ ਕਿਸੇ ਕਰਾਉਣਾ ਵੀ ਹੋਇਆ ਨਾ ਆਪ ਹੀ ਕਰਾ ਦੂਗਾ। ਪੁੱਤ ਇਤਰਾ ਕਿਤਰਾ ਰਿਸ਼ਤਾ ਹੋਊਗਾ, ਕਹਿਣਾ ਪੈਂਦਾ ਵਾ, ਅੱਜ ਕੱਲ੍ਹ ਨਹੀਂ ਕਿਸੇ ਤੋਂ ਬਿਨਾਂ ਕੋਈ ਕਰਾਉਂਦਾ ਰਿਸ਼ਤਾ। ਮੰਮੀ ਨਹੀਂ ਹੁੰਦਾ ਤਾਂ ਨਾ ਹੋਵੇ, ਕੋਈ ਗੱਲ ਨਹੀਂ, ਮੈਂ ਆਪਣੀ ਜ਼ਿੰਦਗੀ ਨਾ ਵਧੀਆ ਜੀਣ ਡਿਆ ਵਾਂ। ਅਜੇ ਤਾਂ ਤੂੰ ਕਹਿਣ ਡਿਆ ਆ ਮੇਰੀ ਜ਼ਿੰਦਗੀ ਬੜੀ ਵਧੀਆ ਆ, ਹੈ ਜਦੋਂ ਤੂੰ 50 ਟੱਪੇਗਾ ਨਾ ਤਾਂ ਫਿਰ ਤੈਨੂੰ ਪਤਾ ਲੱਗੂਗਾ। ਮੰਮੀ ਚੁੱਪ ਕਰੋ ਹੁਣ ਤੁਸੀਂ, ਮੈਨੂੰ ਨਾ ਨੀਂਦ ਆਉਣ ਡਈ ਹੈ, ਸੌਂ ਲੈਣ ਦਿਓ ਮੈਨੂੰ। ਪੁੱਤ ਤੈਨੂੰ ਤਾਂ ਨੀਂਦ ਆਉਣ ਡਈ ਹੈ ਨਾ, ਮੈਨੂੰ ਪੁੱਛ ਕੇ ਵੇਖ, ਮੇਰੀ ਤਾਂ ਰਾਤਾਂ ਦੀ ਨੀਂਦ ਉੱਡੀ ਪਈ ਆ, ਵੀ ਗਾਂਹ ਗਾਂਹ ਕੀ ਬਣੂਗਾ ਤੇਰਾ। ਚਲੋ ਜੋ ਵਾਹਿਗੁਰੂ ਕਰਨ ਡਿਆ ਨਾ ਤਾਂ ਚੰਗਾ ਹੀ ਕਰਨ ਡਿਆ, ਪਰ ਫਿਰ ਵੀ ਮੈਂ ਨਾ ਕਿਸੇ ਬਾਬੇ ਕੋਲੋਂ ਨਾ ਪੱਤਰੀ ਖਿਲਾ ਕੇ ਵੇਖਣੀ ਤੇਰੀ। ਚਲੋ ਇੱਕ ਵਾਰੀ ਪੁੱਛਣਾ ਤਾਂ ਪੈਣਾ ਹੀ ਆ, ਚੱਲ ਤੂੰ ਵੀ ਹੁਣ ਸੌ, ਤੈਨੂੰ ਵੀ ਨੀਂਦ ਆਈ ਆ। ਚੰਗਾ ਮੰਮੀ, ਗੁੱਡ ਨਾਈਟ। ਚੱਲ ਮੈਂ ਵੀ ਜਾ ਕੇ ਲੰਮੇ ਪਵਾਂ, ਨੀਂਦ ਆਵੇ ਚਾਹੇ ਨਾ ਆਵੇ। ਮੰਮੀ ਇੱਥੇ ਪੈ ਜਾਓ, ਕਿੱਥੇ ਜਾਣਾ ਤੁਸੀਂ ਗਰਮੀ 'ਚ, ਏਸੀ ਚੱਲਣ ਤਾਂ ਡਿਆ ਵਾ। ਨਾ ਪੁੱਤ ਮੈਂ ਆ ਕਮਰੇ ਦੂਸਰੇ ਸੋਵਾਂ, ਤੂੰ ਬੜਾ ਠੰਡਾ ਕੀਤਾ ਆ ਕਮਰਾ। ਮੰਮੀ 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 ਕੋਮਲ ਕੀ ਗੱਲ ਮੰਮੀ, ਚਾਹ ਨਹੀਂ ਪੀਤੀ ਅੱਜ? ਕਿੱਦਾਂ ਘੋੜੇ ਵੇਚ ਕੇ ਸੁੱਤੇ ਹੋ, ਫਿਰ ਤੁਸੀਂ ਸਾਰਾ ਦਿਨ ਰੋਲਾ ਪਾਈ ਜਾਣਾ, ਮੈਨੂੰ ਰਾਤ ਨੀਂਦ ਨਹੀਂ ਆਉਂਦੀ। ਹਾਏ ਹਾਏ ਨੀ, ਸਾਰੀ ਰਾਤ ਮੈਂ ਤੁਰ ਫਿਰ ਕੇ ਕੱਢ ਲਈ ਆ,
ਆ ਅੱਧਾ ਘੰਟਾ ਘੰਟਾ ਹੀ ਹੋਇਆ ਹੋਣਾ, ਮੈਨੂੰ ਜਰਾ ਕੁ ਆਰਾਮ ਕਰਨ ਦੇਣ। ਮਸਾ ਹੀ ਅਜੇ ਕਿਤੇ ਅੱਖ ਲੱਗੀ ਸੀਗੀ। ਲੈ ਦੱਸ, ਅੱਧੇ ਘੰਟੇ 'ਚ ਇੰਨੀ ਗੂੜੀ ਨੀਂਦ ਆ ਜਾਂਦੀ ਹੈ? ਤੁਹਾਨੂੰ ਤਾਂ ਕੋਈ ਪਤਾ ਨਹੀਂ ਆਲੇ ਦੁਆਲੇ ਹੋਣ ਕਿਹੜਿਆ, ਐਡੀ ਕੁੱਕੀ ਚੜੀ ਭਲਾ ਨੀਂਦ ਦੀ। ਨਾ ਮੈਨੂੰ ਕੀ ਝੂਠ ਬੋਲਣ ਦੀ ਲੋੜ ਪਈ ਆ, ਹੈਂ? ਮੈਂ ਦੇਣਾ ਕਿਸੇ ਦਾ ਕੁਛ ਝੂਠ ਬੋਲ ਕੇ? ਨਾ ਫਿਰ ਟਾਈਮ ਨਾਲ ਸੌ ਜਿਆ ਕਰੋ, ਹਾਂ ਐਵੇਂ ਬਿਨਾਂ ਗੱਲ ਦੀਆਂ ਟੈਨਸ਼ਨਾਂ ਚੁੱਕੀ ਫਿਰਦੇ ਹੋ। ਟੈਨਸ਼ਨ ਲੈਣ ਨੂੰ ਕਿਹਦਾ ਜੀ ਕਰਦਾ ਆ, ਟੈਨਸ਼ਨ ਤੇ ਆਪੇ ਆ ਜਾਂਦੀ ਆ। ਸਭ ਤੋਂ ਵੱਡੀ ਬਿਮਾਰੀ ਆ ਟੈਨਸ਼ਨ, ਜਿਹੜੀ ਸਾਰੀ ਦੁਨੀਆਂ ਨੂੰ ਲੱਗੀ ਆ। ਉਹ ਮਾਤਾ ਸ਼੍ਰੀ, ਸਵੇਰੇ ਉੱਠ ਕੇ ਨਾ ਰੱਬ ਦੇ ਘਰ ਜਾਇਆ ਕਰੋ ਤੇ ਨਾਲੇ ਨਾ ਲਿਆ ਕਰੋ, ਆਪੇ ਟੈਨਸ਼ਨਾਂ ਦੂਰ ਹੋ ਜਾਣੀਆਂ ਵਾ। ਵੇਖਾਂ ਕਿੱਦਾਂ ਮੇਰੀ ਮਾਂ ਬਣ ਬਣ ਦਿੰਦੀ ਆ। ਜਿੰਨੇ ਮੈਂ ਤੀਰਥਾਂ ਤੇ ਗਈ ਆ ਨਾ, ਤੇ ਤੇਰਾ ਸਾਰਾ ਖਾਨਦਾਨ ਨੀ ਕਦੇ ਗਿਆ ਹੋਣਾ। ਆ ਜਿਹੜਾ ਤੈਨੂੰ ਵਿਆਹ ਕੇ ਲਿਆਇਆ ਨਾ, ਇਹਨੂੰ ਮੈਂ ਇਹੋ ਥਾਵਾਂ ਤੇ ਸੁੱਖ ਸੁੱਖ ਕੇ ਲਿਆ ਆ। ਫਿਰ ਤੇ ਨਾ ਤੁਸੀਂ ਬੜਾ ਵੱਡਾ ਸਹਾਨ ਕੀਤਾ ਮੇਰੇ ਤੇ, ਇਸ ਜਨਮ ਚ ਤੇ ਮੈਂ ਰਹੀ ਤਾਰ ਨੂੰ, ਅਗਲੇ ਜਨਮ ਚ ਹੀ ਤਾਰੂੰਗੀ। ਹੁਣ ਠਾ ਤੇ ਦਿੱਤਾ ਈ ਓ, ਘੁੱਟ ਚਾਹ ਵੀ ਬਣਾਵੇਗੀ ਕਿ ਚਾਹ ਵੀ ਮੈਂ ਬਣਾਵਾਂ? ਕੋਈ ਨੀ, ਬਣਾਉਣੀ ਆ ਚਾਹ, ਘੜੀ ਸੌਣ ਵੀ ਨੀ ਦਿੱਤਾ। ਸੁੱਖੀ ਦੀ ਚਾਚੀ ਨਾ ਸਹੀ ਕਹਿੰਦੀ ਸੀ, ਇਹ ਨਾ ਕੁਛ ਕੀਤੇ ਕਿਰਾਏ ਦਾ ਨੁਕਸ ਆ। ਹੁਣ ਨਾ ਮੈਂ ਕਿਸੇ ਬਾਬੇ ਨੂੰ ਪੁੱਛ ਹੀ ਲੈਣਾ ਵਾ, ਉਦੋਂ ਤੱਕ ਮੈਂ ਰਿਸ਼ਤੇ ਦੀ ਗੱਲ ਨਹੀਂ ਕਰਨੀ ਜਿੰਨਾ ਚਿਰ ਇਹ ਸਾਰਾ ਇਲਾਜ ਸਹੀ ਨਾ ਹੋਊਗਾ। ਹੁਣ ਨਾ ਮੈਂ ਟਾਈਮ ਨਾਲ ਰੋਟੀ ਖਾਵਾਂ ਤੇ ਸੁੱਖੀ ਨੂੰ ਪੁੱਛਣੀ ਆ, ਜੇ ਇਹ ਮੇਰੇ ਨਾਲ ਚੱਲ ਜਾਏ ਨਾ ਤਾਂ ਚੰਗੀ ਗੱਲ ਆ। ਉੱਠਾਂ ਸੁੱਖੀ ਨੂੰ ਪੁੱਛਦੀ ਹਾਂ ਜਾ ਕੇ ਕਿ ਚੱਲੇਗਾ ਮੇਰੇ ਨਾਲ। ਸੁੱਖੀ, ਓਏ ਸੁੱਖੀ ਉੱਠ। ਹਾਂ ਮੰਮੀ, ਕੀ ਗੱਲ ਆ? ਗੱਲ ਤੇ ਕੋਈ ਨੀ, ਉੱਠ ਤੇ ਸਹੀ। ਉਹ ਕੀ ਕਰਾਉਣਾ ਮੈਨੂੰ ਠਾ ਕੇ ਤੁਸੀਂ, ਕੀ ਟਾਈਮ ਹੋਇਆ ਵਾ? 6 ਵਜ ਗਏ ਆ। ਉਹ ਮੈਨੂੰ ਕਿਉਂ ਠਾਉਣ ਦੇ ਜੇ, ਮੈਂ ਕੋਈ ਡਿਊਟੀ ਜਾਣਾ ਵਾ। ਮੈਂ ਤੇ ਬਥੇਰਾ ਕਿਹਾ ਸੀ ਪੜ੍ਹ ਲਾ, ਜੇ ਪੜਿਆ ਹੁੰਦਾ ਤੇ ਕਿਸੇ ਡਿਊਟੀ ਲੱਗਾ ਹੁੰਦਾ। ਜੇ ਕਿਤੇ ਡਿਊਟੀ ਲੱਗਾ ਹੁੰਦਾ ਨਾ ਤਾਂ ਅੱਜ ਰਿਸ਼ਤਾ ਲੱਭਣ ਦੀ ਨੌਬਤ ਨਹੀਂ ਆਉਣੀ, ਕਿਤੇ ਲੱਗੀ ਹੋਣੀ ਸੀਗੀ ਟੀਚਰ ਜਿਹਦੇ ਨਾਲ ਤੇਰਾ ਵਿਆਹ ਹੋਣਾ ਸੀ। ਓ ਮੰਮੀ, ਅੱਜ ਤਾਂ ਮੱਖਾਂ ਹੀ ਮਲਣ ਡਿਆ ਵਾ, ਤੁਹਾਡੀ ਹਰ ਗੱਲ ਵਿਆਹ ਦੇ ਅੱਗੇ ਕੋ ਮੁੱਕ ਜਾਂਦੀ ਆ, ਤੇ ਸ਼ੁਰੂ ਵੀ ਵਿਆਹ ਤੋਂ ਹੀ ਹੁੰਦੀ ਆ, ਤੇ ਜੇ ਨਾ ਵੀ ਵਿਆਹ ਹੋਊਗਾ ਇੱਥੇ ਕਿਹੜੀ ਪਰਲੋ ਆ ਜਾਣੀ ਆ? ਤੁਸੀਂ ਆਪ ਹਿਸਾਬ ਲਓ ਕਿੰਨੇ ਮਹਾਨ ਲੋਕ ਨੇ ਆਪਣੇ ਇੰਡੀਆ 'ਚ ਜਿਨ੍ਹਾਂ ਦੇ ਹਲੇ ਤੱਕ ਵਿਆਹ ਨਹੀਂ ਹੋਏ। ਸਲਮਾਨ ਖਾਨ, ਮੋਦੀ, ਮਨੋਹਰ ਲਾਲ ਖੱਟਰ, ਰਾਹੁਲ ਗਾਂਧੀ, ਕਿੰਨੇ ਮਹਾਨ ਲੋਕ ਨੇ ਹੋਰ ਵੀ। ਵੇ ਅਸੀਂ ਆਮ ਘਰਾਂ ਦੇ ਨਾ ਛੋਟੇ ਛੋਟੇ ਲੋਕ ਆ, ਉਹ ਬਹੁਤ ਵੱਡੇ ਲੋਕ ਆ ਜਿਨ੍ਹਾਂ ਦੀ ਉਹ ਗੱਲਾਂ ਕਰਦਾ। ਸਾਡੇ ਲੋਕਾਂ ਦਾ ਨੀ ਇਸ ਤਰ੍ਹਾਂ ਸਰਦਾ ਵਿਆਹ ਤੋਂ ਬਿਨਾਂ। ਸਾਡਾ ਤੇ ਇਹ ਹੁੰਦਾ ਵਿਆਹ ਹੋ ਜੇ, ਜਵਾਕ ਹੋ ਜੇ ਤੇ ਅੱਗੋਂ ਦੀ ਜੜ ਲੱਗ ਜਾਂਦੀ ਆ। ਚੱਲ ਸਾਰੀਆਂ ਗੱਲਾਂ ਛੱਡ ਜਿਹੜੇ ਮੈਂ ਕੰਮ ਆਈ ਆ ਨਾ, ਤੇ ਤੂੰ ਮੇਰੇ ਨਾਲ ਚੱਲਣਾ ਕਿਤੇ ਤੇ ਚੱਲ ਮੈਨੂੰ ਲੈ ਕੇ ਨਾਲ। ਮੰਮੀ ਜਾਣਾ ਕਿੱਥੇ ਆ? ਜਾਣਾ ਪੁੱਤ ਤੇਰੇ ਨਾਨਕੇ, ਚਾਚੀ ਦੇ ਪੇਕੇ। ਕਿਵੇਂ ਸਭ, ਸੁੱਖ ਸਾਂਦੀ ਆ? ਆਹੋ ਪੁੱਤ ਸੁੱਖ ਸਾਂਦੀ ਆ, ਹੱਥ ਵਿਖਾਉਣਾ ਕਿਸੇ ਨੇ? ਮੰਮੀ ਕਾਹਦਾ ਹੱਥ ਵਿਖਾਉਣਾ ਤੁਸੀਂ? ਤੁਸੀਂ ਆਪ ਹੀ ਸੋਚੋ, ਹੱਥ ਵੇਖਣ ਵਾਲੇ ਨਾ ਥੱਲੇ ਬਹਿ ਕੇ 150 ਇਕੱਠੇ ਕਰਨ ਵਾਲੇ ਹੁੰਦੇ ਆ, ਜੇ ਉਹਨਾਂ 'ਚ ਇੰਨੀ ਕਾਬਲੀਅਤ ਹੋਵੇ ਤਾਂ ਕੀ ਮਹਿਲ ਨਾ ਪਾ ਲੈਣਾ ਆਪ ਹੀ? ਨਹੀਂ ਪੁੱਤ, ਜਿਹੜੇ ਕਿਸੇ ਦਾ ਭਲਾ ਕਰਦੇ ਆ ਨਾ ਉਹ ਇਹੋ ਜਿਹੇ ਹੁੰਦੇ ਆ। ਉਹ ਕੋਈ ਗੱਲ ਨਹੀਂ ਮੰਮੀ, ਵੇਖ ਲੈਂਦੇ ਆ, ਜੇ ਨਾ ਮੈਂ ਕਿਸੇ ਪਾਸੇ ਗਿਆ ਨਾ ਫਿਰ ਚੱਲ ਜਾਂਗੇ। ਪੁੱਤ ਇਸ ਤੋਂ ਵੱਧ ਜ਼ਰੂਰੀ ਕੰਮ ਕਿਹੜਾ ਹੋ ਸਕਦਾ ਆ? ਹੋਰ ਤੂੰ ਕਿਹੜੇ ਪਾਸੇ ਜਾਣਾ, 8 ਵਜੇ ਤਿਆਰ ਹੋ ਜੀ, ਸੋਹਣੇ ਕੱਪੜੇ ਪਾ ਲਈ। ਕਈ ਵਾਰ ਨਾ ਬਾਬਿਆਂ ਕੋਲ ਨਾ ਵਧੀਆ ਰਿਸ਼ਤਾ ਹੁੰਦਾ। ਓਹੋ ਕੋਈ ਗੱਲ ਨਹੀਂ ਮੰਮੀ, ਅੱਜ ਤੇ ਮੈਂ ਨਾ ਤੁਹਾਡਾ ਚਲੀ ਜਾਊਂਗਾ, ਤੁਹਾਡਾ ਇਹ ਵੀ ਸ਼ੱਕ ਮੈਂ ਦੂਰ ਕਰਾ ਲਿਆਉਂਗਾ। ਚੱਲ ਮੈਂ ਗੁਰੂ ਘਰੋਂ ਨਾ ਮੱਥਾ ਟੇਕ ਆਵਾਂ, ਆਉਣੀ ਆ ਤੇ ਚੱਲਨੇ ਆ ਫਿਰ। ਹੈਂ, ਉੱਠ ਜਾ। ਉੱਠੋ ਜੱਗੀ,
ਚਾਹ ਪੀ ਲੋ। ਪੀ ਲੈ ਨਾ ਰੱਖ ਦੇ। ਨਾਲੇ ਮੇਰੀ ਗੱਲ ਸੁਣ ਲਓ, ਚਾਹ ਪੀਣ ਗਿਆ ਨਾ ਫੋਨ ਬੰਦ ਕਰ ਦਿਓ, ਕੁਝ ਖਾਣ ਪੀਣ ਲੱਗਿਆ ਤੇ ਫੋਨ ਬੰਦ ਕਰ ਦਿਆ ਕਰੋ। ਉਹ ਤੈਨੂੰ ਪਤਾ ਤੇ ਹੈਗਾ ਮੇਰੇ ਕੋ ਇਦਾਂ ਚਾਹ ਕਿੱਥੇ ਪੀਤੀ ਜਾਣੀ। ਨਾ ਜਨਾਨੀ ਨੇ ਕੋਈ ਗੱਲ ਵੀ ਕਰਨੀ ਮਰਨੀ ਹੁੰਦੀ ਹੈ ਕਿ ਨਹੀਂ, ਆ ਬਸ ਫੋਨ 'ਚ ਹੀ ਲੱਗੇ ਰਹਿੰਦੇ ਆ। ਤੂੰ ਦੱਸ ਪਹਿਲਾਂ ਕਿਹੜੀ ਗੱਲ ਕਰਨੀ। ਨਾ ਗੱਲ ਕੀ ਮੈਂ ਕਰਨੀ ਮਰਨੀ ਹੈ, ਮੈਂ ਇਹ ਕਹਿਣ ਡਈ ਆ ਕਿਤੇ ਮਾਤਾ ਤੁਹਾਡੀ ਮੈਂਟਲੀ ਨਾ ਹੋ ਜੇ। ਆ ਜਿਹੜੇ ਰਿਸ਼ਤੇ ਰੁਸ਼ਤੇ ਕਰਾਉਂਦੇ ਆ ਨਾ, ਇਹਨਾਂ ਨਾਲ ਗੱਲ ਕਰੋ ਤੇ ਕੋਈ ਵੇਖ ਲਓ ਮਾੜੀ ਚੰਗੀ ਲਿਆ ਦਈਏ ਇਹਨੂੰ। ਉਹ ਰਹਿਣ ਦੇ ਤੂੰ ਆ ਕੰਮਾਂ ਨੂੰ, ਆ ਕੰਮਾਂ 'ਚ ਤਾਂ ਅੱਗੇ ਠੱਗੀ ਬਹੁਤ। ਉਹ ਕਿਤੇ ਨਹੀਂ ਵੱਜਦੀ ਠੱਗੀ, ਮੈਂ ਕਹਿੰਦੀ ਹਾਂ ਇੱਕ ਵਾਰੀ ਲਿਆ ਦਈਏ ਇਹਨੂੰ ਚੰਗੀ ਮਾੜੀ, ਆ ਮੰਮੀ ਦੀ ਭਟਕਣਾ ਤਾਂ ਠੀਕ ਕਰੀਏ ਫਿਰ ਵੇਖੀ ਦੇਖੀ ਜਾਊ। ਚੱਲ ਕੋਈ ਨਹੀਂ ਦੇਖਦਾ ਮੈਂ, ਫੋਨ ਤੇ ਬੜੀਆਂ ਐਡਾਂ ਆਉਂਦੀਆਂ ਵਾ, ਕਿਸੇ ਨੂੰ ਫੋਨ ਕਰਕੇ ਵੇਖਦਾ ਵਾਂ। ਕਰੋ ਛੇਤੀ ਛੇਤੀ ਕਰੋ, ਤੁਹਾਡਾ ਤਾਂ ਕੋਈ ਖਿਆਲ ਨਹੀਂ, ਮੰਮੀ ਤਾਂ ਦਿਨੋ ਦਿਨ ਰਹਿੰਦੇ ਜਾਂਦੇ ਨੇ। ਸਰਦਾਰ ਸਾਹਿਬ ਨੂੰ ਤਾਂ ਮੈਨੂੰ ਲੱਗਦਾ ਕੋਈ ਫਰਕ ਹੀ ਨਹੀਂ ਪੈਂਦਾ, ਮੈਨੂੰ ਲੱਗਦਾ ਉਹ ਛੜਾ ਰਹਿ ਗਿਆ ਰਾਜੀ। ਕਰੋ ਗੱਲ, ਨਾਲੇ ਕੋਈ ਆਏ ਤੇ ਇਹਦਾ ਟੱਬਰ ਢੀਰ ਸਾਂਭੇ, ਐਵੇਂ ਸਾਨੂੰ ਵਕਤਾਂ 'ਚ ਪਾਇਆ ਵਾ, ਆਪਾਂ ਵੀ ਆਪਣੇ ਮੁੰਡੇ ਵੱਲ ਵੇਖਣਾ ਕਿ ਨਹੀਂ। ਕੋਈ ਨਹੀਂ ਕੋਈ ਨਹੀਂ, ਤੂੰ ਫਿਕਰ ਨਾ ਕਰ, ਮਾਜੀ ਕਰ ਲੈਂਦਾ ਗੱਲ, ਉਹ ਤੇ ਕੋਈ ਨਾ ਕੋਈ ਟਕਰਾ ਹੀ ਦੇਣਗੇ। ਮੇਰੀ ਸੁਣੋ ਗੱਲ ਧਿਆਨ ਨਾਲ, ਹੋਰ ਕੰਮ ਭਾਈ ਛੱਡ ਦਿਓ ਅੱਜ, ਪਰ ਆਹ ਕੰਮ ਜ਼ਰੂਰ ਕਰਨਾ ਜੇ। ਵੈਸੇ ਨਾ ਬਾਬੇ ਦੀ ਨਜ਼ਰ ਨਾ ਸਿੱਧੀ ਆ, ਹੈਂ ਪਹਿਲੀ ਵਾਰੀ ਸੁੱਖੀ ਮੰਨ ਗਿਆ ਵਾ। ਚੱਲ ਸ਼ੁਕਰ ਆ, ਮੈਂ ਤਾਂ ਸੋਚੀ ਜਾਣ ਡਈ ਸੀਗੀ ਮੈਂ ਜਾਵਾਂਗੀ ਇਕੱਲੀ ਕਿੱਦਾਂ। ਚਲੋ ਇਹ ਵੀ ਵਾਹਿਗੁਰੂ ਦਾ ਸ਼ੁਕਰ ਹੈ। ਹਾਏ ਆ ਬੁੱਢੀ ਕਿੱਥੋਂ ਤੁਰੀ ਆਉਣ ਡਈ ਹੈ, ਇਹਨੇ ਵੀ ਹੋਣੀ ਟੱਕਰ ਨਹੀਂ, ਛੱਤੀ ਸਵਾਲ ਪੁੱਛਣੇ, ਮੈਂ ਵੀ ਸਾਰਾ ਭਾਂਡਾ ਸੁੱਕੀ ਸਿਰ ਭੰਨ ਦੇਣਾ, ਮੈਨੂੰ ਕਾਹਦਾ ਡਰ ਆ। ਨਹੀਂ ਨੂੰਹ ਰਾਣੀ ਗੱਲ ਸੁਣ। ਸਤਿ ਸ਼੍ਰੀ ਅਕਾਲ ਚਾਚੀ ਜੀ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਚਾਚੀ ਭਗਤੀ 'ਚ ਮਗਨ ਲੱਗਣ ਡੇ, ਚੱਲ ਫਿਰ ਗੱਲ ਕਰ ਲਾਂਗੇ, ਕੀ ਬੁਲਾਉਣਾ ਵਾ, ਹੋਰ ਸੁਣਾਓ ਠੀਕ ਹੋ? ਨਾ ਜਿੰਨਾ ਚਿਰ ਇਹ ਗੱਲ ਕਿਸੇ ਪਾਸੇ ਨਹੀਂ ਨਾ ਲੱਗਦੀ, ਮੇਰਾ ਕਿੱਥੇ ਭਗਤੀ ਵਿੱਚ ਧਿਆਨ ਲੱਗਣਾ ਜੀ। ਚਾਚੀ ਗੱਲ ਤਾਂ ਤੁਹਾਡੀ ਸਹੀ ਆ, ਪਰ ਇੱਕ ਗੱਲ ਕਹਾਂ ਤੁਹਾਨੂੰ, ਮੈਨੂੰ ਤਾਂ ਲੱਗਦਾ ਸੁੱਖੀ ਦਾ ਨਾ ਆਪਣਾ ਇਰਾਦਾ ਨਹੀਂ ਹੈ। ਇਰਾਦਾ ਇਰਾਦਾ ਕਿਉਂ ਨਹੀਂ? ਤੂੰ ਮੈਨੂੰ ਇਹ ਦੱਸ ਪਹਿਲਾਂ ਤੂੰ ਕਿਉਂ ਕੈਂਸਲ ਕੀਤਾ ਜਾਣਾ? ਮੈਂ ਕੈਂਸਲ ਕੀ ਕਰਨਾ ਵਾ, ਮੇਰੇ ਘਰ ਤੇ ਸ਼ਾਮੀ ਸੁੱਖੀ ਆਇਆ ਸੀ। ਸੁੱਖੀ ਆਇਆ ਸੀ ਤੇਰੇ ਵੱਲ? ਉਹਨੇ ਨਾ ਆ ਕੇ ਮੈਨੂੰ 20 ਗੱਲਾਂ ਕੀਤੀਆਂ, ਕਹਿੰਦਾ ਵੀ ਭਾਬੀ ਇੰਨੀ ਸੋਹਣੀ ਕੁੜੀ ਆ, ਇਹ ਮੇਰੇ ਨਾਲ ਕਿੱਥੋਂ ਕਰਾਊਗੀ, ਤੂੰ ਮੈਨੂੰ ਸੱਚੀ ਸੱਚੀ ਦੱਸ ਵੀ ਤੇਰੇ ਰਿਸ਼ਤੇਦਾਰ ਹੀ ਆ, ਇੰਨੀਆਂ ਗੱਲਾਂ ਸੁਣਾ ਕੇ ਗਿਆ ਵਾ। ਅੱਛਾ ਹੈ ਜੀ, ਫਿਰ ਮੈਂ ਵੀ ਕਹਿਤਾ ਵੀ ਭਾਈ ਜੇ ਤੁਹਾਨੂੰ ਮੇਰੇ ਤੇ ਯਕੀਨ ਹੀ ਨਹੀਂ ਆ ਤੇ ਫਿਰ ਰਹਿਣ ਦਿਓ, ਜਿੱਦਾਂ ਮਰਜ਼ੀ ਕਰ ਲਓ, ਆਹ ਗੱਲ ਹੋਈ ਜੀ। ਹੈ ਕਮਲਾ ਨਾ ਹੋਏ ਤੇ ਮੈਂ ਕਰਦੀ ਹਾਂ ਜਾ ਕੇ ਉਹਦੇ ਨਾਲ ਗੱਲ। ਉਹ ਤੂੰ ਹੀ ਗੱਲ ਚਾਚੀ ਜੀ ਜਾ ਕੇ, ਮੈਂ ਕਿਹੜਾ ਝੂਠ ਬੋਲਣ ਡਈ ਹਾਂ ਦੱਸ। ਆਹੋ ਉਹ ਤਾਂ ਕੋਈ ਗੱਲ ਨਹੀਂ, ਤੂੰ ਕਿਹੜਾ ਝੂਠ ਬੋਲਣਾ ਵਾ। ਮੈਂ ਚਾਚੀ ਜੀ ਸਾਰਾ ਆਪਣਾ ਕੰਮ ਕਾਰ ਕਰਕੇ ਵਿਹਲੀ ਹੋ ਗਈ, ਰਾਤੀ ਸੂਟ ਸਾਟ ਪ੍ਰੈਸ ਕਰਕੇ ਰੱਖ ਲਿਆ ਵੀ ਸਵੇਰੇ ਟਾਈਮ ਨਾਲ ਜਾਣਾ ਵਾ। ਆਏ ਨਹੀਂ ਮੈਂ ਮਰ ਜਾ, ਨਹੀਂ ਤੂੰ ਹੁਣੇ ਮੇਰੇ ਕੋਲ ਪੈਸੇ ਲੈ ਤੇ ਗੱਡੀ ਕਰਾ ਕੇ ਨਾ ਤੇ ਤੂੰ ਜਾ, ਸੁੱਖੀ ਨੂੰ ਨਾ ਉਦੋਂ ਹੀ ਪਤਾ ਲੱਗੇ ਜਦੋਂ ਘਰ ਸਗਨ ਪਾਉਣ ਵਾਲੇ ਆਉਣ। ਕੋਈ ਨਹੀਂ ਚਾਚੀ ਜੀ, ਹੁਣ ਨਾ ਤੁਸੀਂ 4 ਦਿਨ ਰੁਕ ਜਾਓ, ਹੁਣ ਉਹਨਾਂ ਨੂੰ ਮੈਂ ਜਵਾਬ ਦੇਤਾ ਵਾ ਵੀ ਤੁਸੀਂ ਹੋਰ ਕਿਤੇ ਕਰ ਲਓ। ਨਹੀਂ ਤੈਨੂੰ ਇੰਨੀ ਕਾਹਲੀ ਕਾਹਦੀ ਸੀਗੀ ਜਵਾਬ ਦੇਣ ਦੀ? ਗੁਰਦੁਆਰਾ ਸਾਹਿਬ ਤੇ ਮੈਂ ਬਾਅਦ 'ਚ ਜਾਵਾਂਗੀ, ਪਹਿਲੇ ਮੈਂ ਸੁੱਖੀ ਨਾਲ ਘਰ ਜਾ ਕੇ ਪਹਿਲਾਂ ਗੱਲ ਕਰਾਂ। ਜਾਓ ਕਰੋ, ਇਹਨੂੰ ਤਾਂ ਮੈਂ ਪੁੱਛਦੀ ਹਾਂ ਘਰ ਜਾ ਕੇ। ਚੰਗਾ ਮੁੰਡਾ ਆ, ਆਪਣੇ ਰਿਸ਼ਤੇ ਤਾਂ ਆਪੇ ਪਾਣੀ ਮਾਰ ਲੈਂਦਾ ਵਾ, ਵੇ ਤੂੰ ਮੂਰਖ ਆ ਮੁੰਡਿਆ। ਉਹ ਕੀ ਹੋ ਗਿਆ ਮੰਮੀ, ਹੋਣ ਲੱਗਾ ਮੈਂ ਤਿਆਰ। ਤਿਆਰ ਹੋਣ ਦੀ ਨਹੀਂ ਗੱਲ ਕਰਨ ਡਈ, ਤੂੰ ਮੈਨੂੰ ਇਹ ਦੱਸ ਸੁਮਨ ਨੂੰ ਕਿਉਂ ਜਵਾਬ ਦਿੱਤਾ ਈ? ਮੰਮੀ ਸੱਚੀ ਗੱਲ ਦੱਸਾਂ, ਤੈਨੂੰ ਕੁਝ ਨਹੀਂ ਪਤਾ ਹੈਗਾ। ਵੇ ਮੈਂ ਐਵੇਂ ਖਪੀ ਜਾਂਦੀ ਆ, ਜੇ ਤੇਰਾ ਇਰਾਦਾ ਨਹੀਂ ਮੈਂ ਕਿਉਂ ਭੌਂਕਦੀ ਫਿਰਦੀ ਆ? ਮੰਮੀ ਕੀ ਹੋਇਆ ਇੰਨਾ ਰੌਲਾ ਪਾਇਆ? ਭਾਬੀ
ਹੋਣਾ ਕੀ ਆ, ਮੰਮੀ ਨੇ ਸੁਮਨ ਭਾਬੀ ਦੇ ਮਗਰ ਲੱਗੀ ਆ, ਅਗਲੀ ਨੇ ਨਾ ਨੈਟ ਤੋਂ ਫੋਟੋ ਵਿਖਾ ਕੇ ਨਾ ਤੇ ਸਾਨੂੰ ਬੇਵਕੂਫ ਬਣਾਈ ਜਾਂਦੀ ਆ। ਉਹ ਮੰਮੀ ਛੱਡੋ ਤੁਸੀਂ ਸੁਮਨ ਨੂੰ, ਮੈਂ ਤੇ ਅੱਜ ਹੀ ਜੱਗੀ ਨੂੰ ਕਹਿਣ ਦੀ ਸੀ ਕਿ ਸੁਖੀ ਦਾ ਕੋਈ ਰਿਸ਼ਤਾ ਵੇਖੀਏ। ਜੇ ਤੁਸੀਂ ਇੰਨੇ ਜੋਗੇ ਹੁੰਦੇ ਤਾਂ ਘਾਟਾ ਹੀ ਕਾਹਦਾ ਸੀ। ਬਸ ਨਾ, ਤੁਹਾਡੀਆਂ ਆਹੀ ਗੱਲਾਂ ਕਰਕੇ ਨਾ ਗੱਲ ਕਰਨ ਨੂੰ ਦਿਲ ਨਹੀਂ ਕਰਦਾ, ਤੁਸੀਂ ਅੱਗੋਂ ਗੱਲ ਪੁੱਠੀ ਲੈਣੀ ਹੁੰਦੀ ਹੈ। ਮੰਮੀ ਕੋਮਲ ਤੇ ਨਾ ਸਵੇਰ ਦੀ ਖੜੇ ਪਈ ਹੈ ਕਿ ਮੈਰਿਜ ਬਿਊਰੋ ਵਾਲਿਆਂ ਨੂੰ ਕਹਿ ਕੇ ਤੇ ਰਿਸ਼ਤਾ ਕਰਾਓ। ਕਰਾਓ ਕਰਾਓ, ਇਹ ਤਾਂ ਚੰਗੀ ਕਿਹੜੀ ਗੱਲ ਹੈ ਪੁੱਤ। ਮੰਮੀ ਇੱਕ ਗੱਲ ਕਵਾਂ, ਹੈ ਤੁਸੀਂ ਲਾਈ ਲੱਗ ਗਈ ਹੋ, ਜਿਹੜਾ ਤੇ ਤੁਹਾਨੂੰ ਝੂਠ ਬੋਲੇ ਨਾ ਤੁਸੀਂ ਝੱਟ ਦਾਣੇ ਮਗਰ ਲੱਗ ਜਾਂਦੇ, ਘਰ ਦੇ ਤੁਹਾਨੂੰ ਨਾ ਸੱਚ ਬੋਲਦੇ ਚੰਗੇ ਨਹੀਂ ਲੱਗਦੇ। ਚੰਗੇ ਕਿਉਂ ਨਹੀਂ ਲੱਗਦੇ ਪੁੱਤ, ਤੁਸੀਂ ਮੇਰੇ ਨੂੰਹ ਪੁੱਤ ਜੇ, ਅਕਸਰ ਨੂੰਹ ਲਿਆਉਣ ਦੀ ਖਾਤਰ ਮੈਂ ਲੋਕਾਂ ਦੇ ਨਾ ਤਰਲੇ ਮਿਰਦਾ ਕਰਦੀ ਫਿਰਦੀ ਆ। ਮੰਮੀ ਵੈਸੇ ਮੈਂ ਤੁਹਾਡੇ ਵਰਗੀਆਂ ਨਾ ਬੜੀਆਂ ਜਨਾਨੀਆਂ ਵੇਖੀਆਂ ਨੇ, ਪਹਿਲਾਂ ਤੇ ਤਰਲੋ ਮੱਛੀ ਹੋਈ ਫਿਰਦੀਆਂ ਨੇ ਵੀ ਸਾਡੇ ਮੁੰਡੇ ਦਾ ਵਿਆਹ ਹੋ ਜੇ ਵਿਆਹ ਹੋ ਜੇ, ਜੇ ਨਾ ਹੋਏ ਨਾ 2-4 ਸਾਲ ਤੇ ਕਹਿਣਗੀਆਂ ਕਿ ਹੋਰ ਜਾਤ ਦੀ ਵੀ ਆ ਜੇ, ਜੇ ਕਿਤੇ ਭੁੱਲ ਭੁਲੇਖੇ ਹੋ ਹੀ ਜਾਏ ਨਾ ਰਿਸ਼ਤਾ ਤੇ ਬਾਅਦ ਤੁਸੀਂ 2-3 ਮਹੀਨੇ ਬਾਅਦ ਨਾ ਆਡਾ ਲਾਉਣ ਲੱਗ ਜਾਂਦੀਆਂ ਜੇ। ਨਾ ਇੰਨੇ ਚਾਵਾਂ ਨਾਲ ਲਿਆਈ ਦੀਆਂ ਨੇ, ਆਡਾ ਲਾਉਣ ਨੂੰ ਲਿਆਈ ਦੀਆਂ। ਜਾ ਵੇ ਜੱਗੀ ਬਾਹਰ ਵੇਖ ਕੌਣ ਆ, ਗੇਟ ਖੋਲ ਕੇ ਆ। ਚੱਲ ਆ ਜਾ ਆ ਜਾ ਹੁਣ। ਹੈ ਸਰਦਾਰ ਜੀ, ਇਹਨਾਂ ਨੇ ਬੜਾ ਘਰ ਚੁੱਕਣਾ ਵਿਆਹ ਸਵੇਰੇ ਸਵੇਰੇ। ਉਹ ਕੀ ਪਤਾ, ਆ ਦੇਖਦੇ ਆ। ਚਲੋ ਭਰਜਾਈ ਕੀ ਗੱਲ ਆ, ਬੜਾ ਸਵੇਰੇ ਸਵੇਰੇ ਰੌਲਾ ਪਾਇਆ। ਕੁਝ ਨੀ ਐਵੇਂ ਸਤਨਾਮ, ਆ ਜਾਓ ਬੈਠੋ ਬੈਠੋ ਤੁਸੀਂ। ਹਾਂਜੀ ਭੈਣ ਜੀ, ਅਸੀਂ ਤੇ ਗੁਰਦੁਆਰਾ ਸਾਹਿਬ ਗਏ ਸੀ ਮੱਥਾ ਟੇਕਣ, ਅਸੀਂ ਆਹ ਜਾਂਦੇ ਜਾਂਦੇ ਹੋ ਹੀ ਚੱਲੀਏ। ਫਿਰ ਤੇ ਬੜਾ ਚੰਗਾ ਕੀਤਾ, ਬਲਜੀਤ ਤੁਹਾਡਾ ਆਪਣਾ ਘਰ ਆ, ਜਦੋਂ ਮਰਜ਼ੀ ਆਓ ਜਾਓ। ਲੈ ਅੱਜ ਤੇ ਬੜੀ ਹੈਰਾਨਗੀ ਵਾਲੀ ਗੱਲ, ਅੱਜ ਤੇ ਸੁਖੀ ਘਰੇ ਹੀ ਆ, ਅੱਜ ਘਰੇ ਬੈਠਾ, ਕਿਤੇ ਨਿਕਲਿਆ ਨੀ ਸੈਰ ਸਪਾਟੇ ਤੇ। ਬਸ ਚਾਚੀ ਮੈਂ ਤੇ ਤਿਆਰ ਹੀ ਆ, ਨਿਕਲ ਲੱਗਾ ਥੋੜੀ ਦੇਰ ਤੱਕ। ਹਾਂਜੀ ਭੈਣ ਜੀ, ਫੌਜੀ ਦੀ ਨੌਂ ਨੂੰ ਗੱਡੀ ਕਰਾਤੀ ਜੇ ਫਿਰ। ਨਾ ਚਾਚੀ ਜੀ, ਗੱਡੀ ਕਾਹਨੂੰ, ਜਹਾਜ਼ ਕਰਾ ਕੇ ਦਿੱਤਾ ਅਗਲੇ ਨੂੰ, ਉਹ ਵੀ ਹੈਲੀਕਾਪਟਰ। ਨਾਲੇ ਚਾਚੀ ਜੀ ਤੁਸੀਂ ਪੁੱਛਣ ਡੇ ਨਾ ਕਿ ਸਵੇਰੇ ਸਵੇਰੇ ਕਾਹਦਾ ਰੌਲਾ, ਆਹੀ ਗੱਲ ਦਾ ਤੇ ਰੱਫੜ ਪਿਆ ਵਾ ਘਰੇ। ਵੈਸੇ ਗੱਲ ਤੇ ਉਹਦੀ ਵੀ ਮਾੜੀ ਆ, ਇਹ ਗੱਲਾਂ ਤੇ ਫੋਨ ਤੇ ਵੀ ਹੋ ਜਾਂਦੀਆਂ ਵਾ, ਇਹੋ ਤੇ ਸਹੂਲਤ ਵਾ ਫੋਨ ਦੀ ਅੱਜ ਕੱਲ੍ਹ, ਫੋਨ ਤੇ ਗੱਲਾਂ ਹੋ ਜਾਂਦੀਆਂ ਸਾਰੀਆਂ। ਚਾਚੀ ਜੀ ਉਹਦੇ ਕੋਲ ਤੇ ਕੋਈ ਰਿਸ਼ਤਾ ਹੀ ਹੈ ਨੀ, ਐਵੇਂ ਮੰਮੀ ਨੂੰ ਮਗਰ ਲਾਈ ਫਿਰਦੀ ਹੈ। ਪੁੱਤ ਕਿਸੇ ਤੇ ਤਾਂ ਯਕੀਨ ਕਰਨਾ ਹੀ ਪਊਗਾ ਨਾ। ਕੁੜੀਏ ਰਿਸ਼ਤਾ ਆਂਢ ਗੁਆਂਢ ਤੇ ਰਿਸ਼ਤੇਦਾਰੀ ਕਰਾਉਂਦੇ ਹੁੰਦੇ ਆ, ਕੋਈ ਗੱਲ ਨੀ, ਹੁਣ ਯਕੀਨ ਤਾਂ ਕਿਸੇ ਤੇ ਕਰਨਾ ਹੀ ਪੈਣਾ। ਨਹੀਂ ਚਾਚੀ ਜੀ ਤੁਹਾਨੂੰ ਨੀ ਪਤਾ, ਅਗਲੀ ਬੜੀ ਚਲਾਕ ਜਨਾਨੀ ਆ, ਕਹਿੰਦੀ ਹੋਣੀ ਆ ਇਹਨਾਂ ਨੇ ਗੱਡੀ ਕਰਾ ਦੇਣੀ ਆ, ਮੈਂ 2-4 ਦਿਨ ਵਾਂਢੇ ਘੁੰਮ ਆਊ। ਭਾਈ ਇਹ ਤੇ ਬੜੀ ਔਖੀ ਗੱਲ ਆ, ਹੱਦ ਹੋ ਗਈ ਇਹ ਤੇ, ਹੁਣ ਮੈਂ ਵੀ ਇੱਦਾਂ ਕਰਿਆ ਕਰਨਾ ਵਾ, ਜਦੋਂ ਮੇਰੇ ਕੋਈ ਸਾਧਨ ਨਾ ਹੋਇਆ ਕਰੂਗਾ, ਜਿੰਨਾ ਦੇ ਮੁੰਡੇ ਵਿਆਹਣ ਵਾਲੇ ਹੋਣਗੇ ਨਾ ਮੈਂ ਵੀ ਇੱਦਾਂ ਕਿਹਾ ਕਰੂੰਗੀ, ਮੈਨੂੰ ਗੱਡੀ ਕਰਾ ਦਿਓ, ਮੈਂ ਨਾ ਤੁਹਾਡੇ ਮੁੰਡੇ ਨੂੰ ਰਿਸ਼ਤਾ ਕਰਾਉਣਾ ਵਾ। ਨਹੀਂ ਚਾਚੀ ਜੀ ਇਹ ਹਰ ਥਾਈ ਨੀ ਗੱਡੀ ਚੱਲਦੀ, ਆਹ ਤੇ ਜਿੱਥੇ ਕੋਈ ਅੜਿਆ ਥੁੜਿਆ ਹੋਏ ਨਾ ਉੱਥੇ ਹੀ ਚੱਲਦੀ ਗੱਲ। ਚੱਲ ਕੋਮਲ ਐਵੇਂ ਨੀ ਆਂਢ ਗੁਆਂਢ ਨਾ ਵਿਗਾੜੀ ਦੀ, ਦੁੱਖ ਸੁੱਖ 'ਚ ਨਾ ਪਹਿਲਾਂ ਆਂਢ ਗੁਆਂਢ ਹੀ ਕੰਮ ਆਉਂਦੇ ਆ, ਰਿਸ਼ਤੇਦਾਰ ਤੇ ਬਾਅਦ 'ਚ ਹੀ ਆਉਂਦੇ ਆ। ਨਹੀਂ ਚਾਚੀ ਜੀ ਅੱਜ ਕੱਲ੍ਹ ਪਹਿਲੇ ਵਾਲੀਆਂ ਗੱਲਾਂ ਨਹੀਂ ਰਹੀਆਂ, ਆਂਢ ਗੁਆਂਢ ਤੇ ਸੜਦਾ ਹੀ ਬੜਾ ਵਾ, ਆ ਕੋਈ 5,000 ਦਾ ਸਾਈਕਲ ਹੀ ਲੈ ਆਏ ਨਾ ਤੇ ਸੜ ਕੇ ਸਵਾਹ ਹੋ ਜਾਂਦੇ ਨੇ। ਕੋਮਲ ਗੱਲਾਂ ਹੀ ਮਾਰੀ ਜਾਣੀ, ਚਾਚੇ ਹੋਣੇ ਵਾਸਤੇ ਚਾਹ ਹੀ ਬਣਾ ਲਿਆ। ਨਾ ਭਾਈ ਨਾ, ਚਾਹ ਨਹੀਂ ਪੀਣੀ, ਅਸੀਂ ਤੇ ਗੱਲਾਂ ਬਾਤਾਂ ਮਾਰਨ ਆਏ ਆ। ਉਹ ਚਾਹ ਦੀ ਤੇ ਛੱਡੋ, ਉਹ ਕੁੜੀਏ ਧਿਆਨ ਦੇ ਮੇਰੀ ਗੱਲ ਦਾ, ਕੋਮਲ ਸਾਰੇ ਬੰਦੇ ਇੱਦਾਂ ਦੇ ਨਹੀਂ ਹੁੰਦੇ। ਚਾਚਾ ਜੀ ਵੈਸੇ ਇੱਕ ਗੱਲ ਵਾ, ਭਾਬੀ ਸਹੀ ਕਹਿਣ ਡੀ ਆ, ਸੁਮਨ ਤੇ ਨਾ ਸਾਨੂੰ ਬੇਵਕੂਫ ਬਣਾਉਣ ਡੀ ਆ, ਮੰਮੀ ਇਹ ਗੱਲ ਸਮਝਦੀ ਨਹੀਂ ਆ।